ਮੋਗੇ ਜ਼ਿਲ੍ਹੇ ਵਿੱਚ ਵਾਪਰਿਆ ਇੱਕ ਭਿਆਨਕ ਸੜਕ ਹਾਦਸਾ। ਹਾਦਸੇ ਦੌਰਾਨ ਹੋਈ ਇੱਕ ਵਿਅਕਤੀ ਦੀ ਮੌਤ। ਖਬਰ ਮੋਗੇ ਜ਼ਿਲ੍ਹੇ ਦੀ ਹੈ ਜਿੱਥੇ ਬੀਤੀ ਸ਼ਾਮ 6:30 ਵਜੇ ਇਹ ਸੜਕ ਹਾਦਸਾ ਵਾਪਰਿਆ, ਜਿੱਥੇ ਮੋਗੇ ਦੇ ਕਸਬੇ ਬਾਗਾ ਪੁਰਾਣੇ ਦੇ ਪਿੰਡ ਰਾਜੇ ਆਨਾ ਦੇ ਕੋਲ ਕੋਟਕਪੁਰਾ ਰੋਡ 'ਤੇ ਟਰੱਕ ਡਰਾਈਵਰ ਅਤੇ ਕੈਂਟਰ ਵਿਚਾਲੇ ਜ਼ੋਰਦਾਰ ਟੱਕਰ ਹੋ ਗਈ। ਹਾਦਸੇ ਦੌਰਾਨ ਕੈਂਟਰ ਚਾਲਕ ਦੀ ਮੌਤ ਹੋ ਗਈ ਅਤੇ ਟਰੱਕ ਦਾ ਵੀ ਭਾਰੀ ਨੁਕਸਾਨ ਹੋਇਆ। ਸੂਤਰਾਂ ਵੱਲੋਂ ਜਾਣਕਾਰੀ ਮਿਲੀ ਹੈ ਕਿ ਇਹ ਟਰੱਕ ਕੱਲ੍ਹ ਸਾਬਤੇ ਤੋਂ ਸ਼੍ਰੀ ਨਗਰ ਵੱਲ ਨੂੰ ਜਾ ਰਿਹਾ ਸੀ, ਜੋ ਕਿ ਕੇਲਿਆਂ ਨਾਲ ਲੱਦਿਆ ਹੋਇਆ ਸੀ। ਟਰੱਕ ਡਰਾਈਵਰ ਦਾ ਨਾਮ ਅਮਰੀਕ ਸਿੰਘ ਦੱਸਿਆ ਗਿਆ, ਜਿਸ ਵਿਚਕਾਰ ਅਚਾਨਕ ਟਰੱਕ ਅਤੇ ਟੈਂਕਰ ਵਿਚਕਾਰ ਟੱਕਰ ਦੌਰਾਨ ਇਹ ਸਾਰਾ ਹਾਦਸਾ ਵਾਪਰਿਆ ਅਤੇ ਟੈਂਕਰ ਚਾਲਕ ਦੀ ਮੌਤ ਹੋ ਗਈ। ਇਹ ਨੀਂਦ 'ਚ ਆ ਰਿਹਾ ਸੀ, ਜਿੱਦਾਂ ਪਹਿਲਾਂ ਇਕਲੀ ਸਾਈਡ ਚੱਲਣ ਲੱਗ ਗਏ, ਇਹ ਮੈਂ ਉੱਧਰਲੀ ਸਾਈਡ ਨੂੰ ਗਿਆ, ਮੁੜ ਕੇ ਜਦੋਂ ਉੱਧਰਲੀ ਸਾਈਡ ਨੂੰ ਗੱਡੀ ਕੀਤੀ ਤਾਂ ਇਹ ਉੱਧਰ ਨੂੰ ਆ ਗਏ ਮੇਰੇ ਵੱਲ ਨੂੰ ਸਿੱਧਾ ਹੀ। ਜਦੋਂ ਉੱਧਰ ਨੂੰ ਆਏ ਤਾਂ ਫਿਰ ਮੈਨੂੰ ਗੱਡੀ ਕੱਟਣੀ ਪਈ, ਦੇਖੋ ਗੱਡੀ ਕਿੱਦਾਂ ਕੱਟੀ ਪਈ ਸੀ ਸਾਰੀ, ਤਾਂ ਇਹ ਤਾਂ ਮੇਰੇ ਨਾਮ ਅਮਰੀਕ ਸਿੰਘ ਜੀ। ਕਿੱਥੋਂ ਦੀ ਗੱਡੀ ਤੇਰੀ? ਜਲੰਧਰ ਕੈਂਟ ਦੀ। ਕਿੱਥੋਂ ਆ ਰਿਹਾ ਸੀ? ਮੈਂ ਸਾਬਦੇ ਤੋਂ। ਕਿੱਥੇ ਜਾ ਰਹੇ ਸੀ? ਨਗਰ ਕੀ ਮਾਲ ਕੀ ਲੱਦਿਆ ਤੇਰਾ? ਕੇਲਾ ਜੀ। ਕੇਲਾ? ਐਕਸੀਡੈਂਟ ਕਿੰਨੇ ਵਜੇ ਦਾ ਇਹ? ਕਿੰਨੇ ਵਜੇ ਐਕਸੀਡੈਂਟ ਹੋਇਆ? ਇਹ ਹੁਣੀ 6:30 ਵਜੇ। 6:30 ਵਜੇ